ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ 에ਅਰ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਨਾਟਕੀ ਰੂਪ ਵਿੱਚ ਅੰਬੀ ਦਾ ਬੂਟਾ ਰੂਪਾਂਤਰ ਕੀਤਾ ਗਿਆ। ਇਸ ਮੌਕੇ ਤੇ ਜਨਰਲ ਬਲਬੀਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਜ਼ਰੂਰਤ ਹੈ ਬੱਚਿਆਂ ਨੂੰ ਦੇਸ਼ ਭਗਤੀ ਨਾਲ ਜੋੜਨ ਦੀ ਅਤੇ ਆਪਣੇ ਦੇਸ਼ ਨੂੰ ਤਰੱਕੀ ਤੇ ਲਿਜਾਉਣ ਦੀ। ਅੱਜ ਬੱਚੇ ਵਿਦੇਸ਼ਾਂ ਨੂੰ ਭੱਜਦੇ ਹਨ, ਸਾਨੂੰ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਨੂੰ ਤਰੱਕੀ ਦੀ ਬੁਲੰਦੀਆਂ ਤੇ ਪਹੁੰਚਾਉਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦਾ ਮਾਣ ਵਧਾਉਣਾ ਚਾਹੀਦਾ ਹੈ। ਅੱਜ ਕੀ ਜੋ ਮੇਰੀ ਵਿਜ਼ਿਟ ਹੈ, ਇਹ ਗਰੁੱਪ ਹੈੱਡਕੁਆਰਟਰ ਕੀ ਜੋ ਐਨੂਅਲ ਐਡਮਿਨ ਇੰਸਪੈਕਸ਼ਨ ਹੋਤੀ ਹੈ ਉਸਕੇ ਲੀਏ ਆਯੋਜਿਤ ਕੀ ਗਈ ਥੀ ਔਰ ਮੁਝੇ ਬਹੁਤ ਖੁਸ਼ੀ ਹੋਈ ਕਿ ਅੰਮ੍ਰਿਤਸਰ ਗਰੁੱਪ ਹੈੱਡਕੁਆਰਟਰ ਨੇ ਯਹਾਂ ਪਰ ਇੱਕ ਜੋ 에ਅਰ ਸ਼ੋਅ ਕੀਆ ਔਰ ਸਾਥ ਮੇਂ ਸਕੂਲ ਮੇਂ ਜੋ ਕਲਚਰਲ ਪ੍ਰੋਗਰਾਮ ਜੋ ਪੈਟਰੋਟਿਕ ਸੌਂਗਸ ਉਹਨੇ ਗਾਏ ਔਰ ਸਕਿੱਟ ਕੀਆ, ਬਹੁਤ ਹੀ ਉੱਚੇ ਦਰਜੇ ਕਾ ਥਾ ਔਰ ਇਸੇ ਪਤਾ ਚਲਤਾ ਹੈ ਕਿ ਦੇਸ਼ ਭਗਤੀ ਕੀ ਜੋ ਭਾਵਨਾ ਹੈ ਸਟੂਡੈਂਟਸ ਕੇ ਅੰਦਰ ਉਹ ਬਹੁਤ ਉੱਚੇ ਦਰਜੇ ਕੀ ਹੈ। ਔਰ ਇੱਕ ਜਿਤਨੇ ਵੀ ਯਹਾਂ NCC ਕੈਡੇਟਸ ਆਏ ਥੇ ਉਨਕੇ ਖੁਸ਼ ਚਿਹਰੇ ਔਰ ਉਨਕੇ ਅੰਦਰ ਜੋ ਇੱਕ ਜਜ਼ਬਾ ਥਾ ਅੱਛਾ ਕਰਨੇ ਕਾ ਔਰ ਆਗੇ ਬੜਨੇ ਕਾ, ਉਸਸੇ ਮੇਰੇ ਕੋ ਬਹੁਤ ਖੁਸ਼ੀ ਹੋਈ ਔਰ ਮੁਝੇ ਪੂਰੀ ਉਮੀਦ ਹੈ ਕਿ ਸਾਰੇ NCC ਕੈਡੇਟਸ ਆਪਣੇ ਆਪਣੀ ਫੀਲਡ ਮੇਂ ਬਹੁਤ ਅੱਛਾ ਕਰੇਂਗੇ ਔਰ ਬਹੁਤ ਆਗੇ ਜਾਏਂਗੇ। ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਰੀਪੂ ਦਮਨ ਮਲੋਤਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ 에ਅਰ ਸ਼ੋਅ ਦੀ ਟੀਮ ਨੂੰ ਕਰਤੱਵ ਦਿਖਾਉਣ ਤੇ ਤਾਰੀਫ ਕੀਤੀ ਤੇ ਉੱਥੇ ਆਏ ਹੋਏ ਬੱਚਿਆਂ ਨੂੰ 에ਅਰ ਸ਼ੋਅ ਦੇਖ ਕੇ ਬਹੁਤ ਖੁਸ਼ੀ ਹੋਈ। ਜੋ ਇਹ 에ਅਰ ਸ਼ੋਅ ਚਲਾਇਆ ਗਿਆ, ਯਹਾਂ ਪਰ ਦਿਖਾਇਆ ਗਿਆ, ਉਸਕਾ ਡਿਸਪਲੇ ਇੱਕ ਬਹੁਤ ਹੀ ਵੰਡਰਫੁਲ ਇਵੈਂਟ ਥਾ। ਇਹ ਹਮਾਰੇ ਯਹਾਂ ਪਰ NCC ਕੇ ਜੋ ਇੰਚਾਰਜ ਸਰ ਹੈ ਮੇਜਰ ਜਨਰਲ ਬਲਬੀਰ ਸਿੰਘ, ਹੀ ਵਾਜ਼ ਹੇਅਰ, ਬ੍ਰਿਗੇਡੀਅਰ ਵਿਜੇ ਸਾਗਰ ਧੀਮਨ ਵਾਜ਼ ਹੇਅਰ ਔਰ ਇਹ ਬਹੁਤ ਹੀ ਸਕਸੈਸਫੁਲ ਐਂਡ ਟ੍ਰਾਂਸਫੋਰਮਿੰਗ ਕਾਇੰਡ ਆਫ ਸ਼ੋਅ ਹਮਾਰੇ ਸਕੂਲ ਮੇਂ ਇਹ ਹੁਆ ਹੈ।